बुनियादी सहूलतों तो सखना अपनी होंद दे उत्ते अंजू वहा रहा है पिंड रामनगर छन्ना दा प्राइमरी स्कूल। तस्वीरां विच नजर आ रहा है रामनगर छन्ना दा प्राइमरी स्कूल है। जिला संगरूर हलका महल कलां दे ब्लाक शेरपुर दा पिंड रामनगर छन्ना जिथों दे दो नौजवान फौज दे विच शहीद होण कारण पिंड नू शहीदां दा पिंड होण दा मान भी प्राप्त है। जे गल करिए पिंड दे प्राइमरी स्कूल दी जो बुनियादी सहूलतां तो सखना है अपनी तरसयोग हालत ते अंजू वहा रहा है जिस दियां मुंह बोल दियां ताजा तस्वीरां मेन गेट तो लैके नीवा ग्राउंड जिस विच पानी भर जांदा है। स्कूल विच बनी पानी वाली टैंकी दी खस्ता हालत पीन वाले पानी लई लगाया गया बंद पिया वाटर कूलर बच्चियां अते स्टाफ लई बने बाथरूमां दी माड़ी हालत अते स्कूल दे बने कमरियां तो टपकदा पानी स्कूल दी तरसयोग हालत बयान कर रहा है। शेरपुर तो अज दी आवाज दे लई बलविंदर सिंह छन्ना दी रिपोर्ट। मैं जलौर सिंह सरकारी प्राइमरी स्कूल रामनगर सन्ना तो सरकार नूं दसना चाहुंदा कि साढ़े जिवें स्कूल दे विच बहुत सहूलतां दी घाट आ जिवें चार दीवारी पीण वाले पानी दी बच्चों के बाथरूम लई और दो अनसेफ कमरे जिन्हां दी छत बिल्कुल कच्ची है पानी कमरियां दे अंदर आ जांदा बारिश दे समय। इसलिए बेनती करदे हां कि इन्हां मंगां नूं जल्दी जल्दी पूरा किया जाए ਤਾਂ ਕਿ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਪੜ੍ਹਾਈ ਮਿਲ ਸਕੇ। ਇਹ ਸਹੂਲਤਾਂ ਤੋਂ ਸਕੂਲ ਬਹੁਤ ਵਾਂਝਾ, ਇਸ ਲਈ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਮੈਂ ਗਰੀਬ ਸਿੰਘ ਸਾਬਕਾ ਸਰਪੰਚ ਪਿੰਡ ਰਾਮ ਸੰਨਾ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਸਾਡੇ ਪ੍ਰਾਇਮਰੀ ਸਕੂਲ ਦੀ ਮੁਰੰਮਤ ਬਹੁਤ ਹਾਲਤੀ ਖਸਤਾ ਹੈ ਅਤੇ ਸਾਡੇ ਸਕੂਲ ਦੇ ਵਿੱਚ ਪਾਣੀ ਪੀਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਅਤੇ ਸਕੂਲ ਦੀ ਚਾਰ ਦੀਵਾਰੀ ਗਿਰ ਚੁੱਕੀ ਹੈ। ਇਸ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਰਕਾਰ ਸਾਡੇ ਸਕੂਲ ਵੱਲ ਵਿਸ਼ੇਸ਼ ਧਿਆਨ ਦੇਵੇ। ਆਪਣੀ ਛੱਤਾਂ ਅਤੇ ਬਾਥਰੂਮ ਬੱਚਿਆਂ ਲਈ ਬਣਾਏ ਜਾਣ ਕਿਉਂਕਿ ਪਹਿਲੇ ਬਾਥਰੂਮ ਬਹੁਤ ਹਾਲਤਾਂ ਖਾਸ ਦੇ ਵਿੱਚ ਹਨ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।